ਪੈਸੇ ਮਨਜ਼ੂਰ ਹੋ ਗਏ ਆ 1 ਕਰੋੜ ਰੁਪਇਆ ਸਫਾਈ ਵਾਸਤੇ ਕੱਲਾ, ਤੇ ਜਿੱਥੇ ਵੀ ਸੀਵਰੇਜ ਹੈਣੀ ਗਿੱਦੜਬਾਹ ਚ ਉਹ ਸਾਰੀਆਂ ਨਿੱਕੀਆਂ ਗਲੀਆਂ ਜਾਂ ਮੱਖਣ ਦੇ ਘਰ ਕੋਲ ਇੱਥੇ ਸੀਵਰੇਜ ਹੈਣੀ ਆ। 9 ਕਰੋੜ 58 ਲੱਖ ਹੋਰ ਮਨਜ਼ੂਰ ਹੋਇਆ, ਜਿਹੜਾ ਉਸ 10 ਕਰੋੜ ਤੋਂ ਵੱਖਰਾ ਜਿਹੜਾ ਉੱਥੇ ਨੀਂਹ ਪੱਥਰ ਰੱਖਿਆ ਸੀ ਉਹ ਮਨਜ਼ੂਰ ਹੋ ਗਿਆ। 15 ਦਿਨਾਂ ਚ ਟੈਂਡਰ ਲਾ ਦਿਆਂਗੇ ਗਿੱਦੜਬੇ ਦਾ। ਮੇਨ ਰਾਈਜ਼ਿੰਗ ਲਾਈਨ ਪਈ ਜਾਂਦੀ ਹੈ, ਹਜੇ 4 ਮਹੀਨੇ ਹੋਰ ਲੱਗਣਗੇ, ਉਦੋਂ ਬਾਅਦ ਗਿੱਦੜਬਾਹ ਚ ਮੁਕੰਮਲ ਪਾਣੀ ਦੀ ਖੜਨ ਦੀ ਸਾਰੀ ਸੁਧਰ ਜਾਏਗੀ। ਸਾਨੂੰ 6 ਮਹੀਨੇ ਹੋ ਗਏ ਉਹਨੂੰ ਪਾਉਂਦਿਆਂ ਨੂੰ, ਉਹ ਮੇਨ ਰਾਈਜ਼ਿੰਗ ਲਾਈਨ ਨੂੰ। ਆਹ ਸੜਕ ਬਣਨ ਵਾਲੀ ਆਪਣਾ ਹੋਇਆ ਹੋਇਆ, ਸੜਕ ਉੱਥੋਂ ਤੱਕ ਬਣੀ ਹੈ। ਆਹ ਪਾਰਕ ਹੋ ਗਿਆ, 2 ਪਾਰਕ ਉਹ ਬਣ ਰਹੇ ਹੈ। ਪੁਲ ਜਿਹੜਾ ਗਿੱਦੜਬਾਹ ਦਾ ਪੁਲ ਹੈ, 40 ਕਰੋੜ ਰੁਪਏ ਦੀ ਕੀਮਤ ਦਾ ਪੁਲ ਬਣ ਰਿਹਾ, ਤੇ ਅੱਜ ਤੋਂ 20 ਦਿਨਾਂ ਬਾਅਦ ਬਾਬਾ ਸੁੱਖ ਰੱਖੇ ਮੈਂ ਟੈਂਡਰ ਲਾ ਦੂੰਗਾ ਪੁਲ। ਮੈਨੂੰ ਇਸ ਗੱਲ ਦਾ ਨੀ ਪਤਾ, ਮੈਨੂੰ 2.5 ਸਾਲ ਹੋਏ ਆ ਸਰਕਾਰ ਆਈ, ਜੋ ਗਿੱਦੜਬਾਹ ਚ ਕੰਮ ਹੋ ਗਏ ਆ ਕਿਤੇ ਪੰਜਾਬ ਚ ਨੀ ਹੋਏ। ਹੋਸਪਿਟਲ ਨੰਬਰ 1 ਟਰੋਮਾ ਸੈਂਟਰ ਦਾ ਟੈਂਡਰ ਲੱਗ ਰਿਹਾ ਗਿੱਦੜਬਾਹ ਚ, ਪਲੱਸ MCH ਸੈਂਟਰ ਮਦਰ ਐਂਡ ਚਾਈਲਡ ਕੇਅਰ ਸੈਂਟਰ, 30 ਹੋਸਪਿਟਲ ਦਾ ਸਪੈਸ਼ਲ ਬੈੱਡ ਪੂਰਾ ਟੈਂਡਰ ਲੱਗ ਰਿਹਾ। 2 ਪੁਲ 40 ਕਰੋੜ ਰੁਪਏ ਦਾ ਬਣ ਰਿਹਾ। ਕਾਲਜ ਦੀ ਉਸਾਰੀ ਸ਼ੁਰੂ ਹੈ ਮੈਡਮ, ਜਿਹੜਾ ਕਿ ਮੈਂ ਸਰਕਾਰੀ ਕਾਲਜ ਲੈ ਕੇ ਆਇਆ ਹੁਸਨ ਰੋਡ ਤੇ, ਉਹਦੀ ਉਸਾਰੀ ਸ਼ੁਰੂ ਹੈ। 1-2 ਤੇ ਲੱਭੂ ਦੇ ਗੁਰਦੁਆਰਾ ਸਾਹਿਬ ਕੋਲੇ 3 ਪਾਰਕਾਂ ਦੀ ਉਸਾਰੀ ਅਧੀਨ ਹੈ। 1 ਉਹ ਕੰਟੀਨ ਜਿਹੜੀ ਧਰਮਸ਼ਾਲਾ ਸਾਰੀ ਅਧੀਨ ਹੈ। ਆਹ ਪੈਲੇਸ ਅਸੀਂ ਬਣਾਤਾ 10 ਨੰਬਰ ਵਾਰਡ ਦੇ ਵਿੱਚ, ਧਰਮਸ਼ਾਲਾ ਕੰਪਲੀਟ ਹੈ। ਤੇ ਸਵਾਲੀ ਸਰ, ਮੇਰੇ ਅੱਛੇ ਵੀ ਏਪੀ ਹਲਕਾ ਹੈ, 5 ਵਾਰੀ ਮੁਖਪੰਤਰੀ ਪ੍ਰਕਾਸ਼ੇ ਬਾਰ ਰਹੇ ਚ, ਕਿਹੋ ਜਿਹਾ ਹਲਕਾ ਹੋਣਾ ਚਾਹੀਦਾ ਤੁਹਾਡੀ? ਮੈਨੂੰ ਇਹ ਨਹੀਂ ਪਤਾ, ਉਹਨਾਂ ਦੇ ਭਾਵਨਾ ਦਾ ਕੈਲੀਫੋਰਨੀਆ ਹੋਣਾ ਚਾਹੀਦਾ ਸੀ, ਪਰ ਇਹਦਾ ਪਿੰਡ ਨਾਲੋਂ ਮਾੜਾ ਹਾਲ ਸੀਗਾ। ਮੇਰੇ ਨਾਲ ਕੋਈ ਬੰਦਾ ਇਸ ਮੁੱਦੇ ਤੇ ਬਹਿਸ ਕਰ ਸਕੇ, ਔਰ ਜਦੋਂ ਮੈਂ 2.5 ਸਾਲਾਂ ਬਾਅਦ ਇਲੈਕਸ਼ਨ ਲੜਾਂਗਾ ਜੀ ਦੁਬਾਰਾ, ਉਦੋਂ ਇਸ ਇਲਾਕੇ ਦੇ ਲੋਕਾਂ ਨੂੰ ਇਹ ਪਤਾ ਲੱਗੇਗਾ ਵੀ ਰਾਜਾ ਵੜਿੰਗ ਕੀ ਕਰ ਗਿਆ। ਕਿਉਂਕਿ ਹਜੇ ਜਿਹੜੀਆਂ ਦਿੱਕਤਾਂ ਹੈ, ਕਈ ਥਾਂ 'ਤੇ ਸੀਵਰੇਜ ਸੀ ਪੈਣ ਵਾਲਾ ਸੀ, ਸੀਵਰੇਜ ਦੀ ਸਫਾਈ ਤੋਂ ਬਿਨਾਂ ਮੈਂ ਪਿੰਡ ਵਾਲੇ ਪਾਸੇ ਸੜਕਾਂ ਨਹੀਂ ਬਣਾਉਣੀਆਂ ਚਾਹੁੰਦਾ ਸੀ। ਹੁਣ ਉਹਦਾ ਸਾਰਾ ਪੈਸਾ ਆ ਗਿਆ। ਤੁਸੀਂ ਅੱਜ ਤੋਂ ਠੀਕ 1.5 ਸਾਲ ਬਾਅਦ ਇਸ ਗਿੱਦੜਬਾਹ ਤੋਂ, ਔਰ ਜੇ ਮੈਂ ਕੁਝ ਕਰਾਂਗਾ ਤਦ ਵੋਟਾਂ ਪਾਵਾਂਗਾ, ਨਹੀਂ 1.5 ਸਾਲ ਬਾਅਦ ਇਸ ਗਿੱਦੜਬਾਹ ਦੀ ਕੰਡੀਸ਼ਨ ਲੋਕਾਂ ਨੂੰ ਖਾਵਾਂਗੇ ਵੀ ਆਹ ਬਣਾ। ਵੜਿੰਗ ਸਾਹਿਬ 1 ਮਿੰਟ, MLA ਸਾਹਿਬ 1 ਮਿੰਟ ਵੀਰੇ, MLA ਸਾਹਿਬ ਗਿੱਦੜਬਾਹ ਦੀਆਂ ਸੜਕਾਂ 1 ਸਾਲ ਵੀ ਨਹੀਂ ਹੁੰਦੀਆਂ ਤੇ ਉਖੜ ਕੇ ਉਹ ਜਾਂਦੀਆਂ ਨੇ ਸਰ। ਹਲੇ ਪੱਠੀ ਵਾਲੇ ਮੋੜ ਤੇ 6-7 ਮਹੀਨੇ ਪਹਿਲਾਂ ਹੀ ਉਹ ਨਵੀਂ ਸੜਕ ਬਣੀ ਹੈ ਤੇ ਅੱਜ ਉਹਦੀ ਹਾਲਤ ਦੇਖੋ ਕਿਹੋ ਜੀ ਹੋਈ ਪਈ ਹੈ। ਕੀ ਸਰਕਾਰ ਮੈਡਮ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਕਿਤੇ ਪਾਣੀ ਖੜ ਜਾਏਗਾ, ਕੋਈ ਕਿਤੇ ਪੱਟ ਦੇਗਾ, ਅਕਸਰ ਹੀ ਹੁਣ ਜੇ ਤੁਸੀਂ ਜਿਹੜੀਆਂ ਅੱਜ ਸੜਕਾਂ ਅਸੀਂ ਬਣਾਈਆਂ ਉਹਨੂੰ ਹੁਣ ਪਟਾਈ ਕਰਨੀ ਪਈ ਕਿਉਂਕਿ ਪਾਣੀ ਆ ਗਿਆ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ। ਕਈ ਜਿਹੜੀ ਸੜਕ 'ਤੇ ਪਾਣੀ ਖੜ ਗਿਆ ਉਹ ਸੜਕ ਨੇ ਦੱਬ ਜਾਣਾ, ਜਿੱਥੇ ਘਾਰ ਪੈਣ ਲੱਗ ਪਈ ਪਾਣੀ ਦਾ ਫਲੋ ਸਿੱਧਾ ਵੱਜਣ ਲੱਗ ਪਿਆ ਉਹ ਪੈ ਜਾਣਾ। ਸੋ ਮੈਨੂੰ ਨਹੀਂ ਲੱਗਦਾ ਵੀ ਜਿੱਥੇ 1 ਸਾਲ ਸੜਕ ਬਣੀ ਨੂੰ ਹੋਵੇ ਕੋਈ ਉਹ ਟੁੱਟ ਸਕਦੀ ਹੈ, ਨਾ ਅਸੀਂ ਟੁੱਟਣ ਦਿੰਦੇ ਹਾਂ। ਦੂਸਰੀ ਗੱਲ, ਕੋਈ ਕੁਦਰਤੀ ਆਫਤ ਨਾਲ ਜਾਂ ਸਿਸਟਮ ਨਾਲ ਕਿਤੇ ਖਰਾਬੀ ਜ਼ਰੂਰ ਆ ਸਕਦੀ ਹੈ, ਜਿਹਦੇ ਅਸੀਂ ਦੇਣਦਾਰ ਹੈ, ਉਹਦੀ ਮੁਰੰਮਤ ਜਾਂ ਉਹਨੂੰ ਠੀਕ ਕਰਨਾ ਸਾਡੀ ਜ਼ਿੰਮੇਵਾਰੀ ਹੈ। AO ਸਾਹਿਬ ਤੇ ਉਹ ਬੈਠੇ ਹੈ। ਸੋ ਬਿਲਕੁਲ ਐਸਾ ਨਹੀਂ ਵੀ 1 ਸਾਲ ਬਾਅਦ ਜਿਹੜੀ ਸਾਡੀ ਸੜਕ ਬਣੂਗੀ ਉਹ 15 ਸਾਲ ਨਹੀਂ ਟੁੱਟੂਗੀ। ਸਾਰਿਆਂ ਦੇ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਹੁੰਦਾ, ਔਰ ਖਾਸ ਕਰਕੇ ਤੁਹਾਡਾ, ਜਿੱਥੇ ਲੋਕ ਟਾਈਲਾਂ ਲਾਈਆਂ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ
ਕੀ ਇੱਕ ਗਲੀ ਐਸੀ ਦਿਖਾ ਦਿਓ ਮੈਨੂੰ ਵੀ ਜਿਹੜੀ ਇਕੱਲੇ ਕਾਂਗਰਸੀ ਦੀ ਹੋਵੇ ਜਾਂ ਇਕੱਲੇ ਅਕਾਲੀ ਦੀ ਹੋਵੇ, ਜਿੰਨੀਆਂ ਗਲੀਆਂ ਉਹਦੇ 'ਚ ਅਕਾਲੀ ਵੀ ਹੈ, ਕਾਂਗਰਸ ਵੀ ਹੈ, ਭਾਜਪਾ ਹੀ ਹੈ, ਇੱਕ ਗਲੀ ਮੈਡਮ ਤੁਸੀਂ ਮੈਨੂੰ ਜੇ ਸਾਬਤ ਕਰ ਦਿਓ ਵੀ ਆਹ ਗਲੀ ਬਣਾਈ ਹੈ ਗਿੱਦੜਬਾਦੀ, ਇਹਦੇ 'ਚ ਕਾਂਗਰਸ ਹੀ ਰਹਿੰਦੇ ਹੈ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।